ਮੋਹਾਲੀ ਦੇ ਦਾਉ ਪਿੰਡ ਨੂੰ ਲਿਆ ਸੀ ਗੋਦ। ਪਿੰਡ ਚ ਹੋਏ ਵਿਕਾਸ ਤੇ ਆਓ ਇੱਕ ਨਜ਼ਰ ਪਾਈਏ। ਅਵਤਾਰ ਸਿੰਘ, ਸਾਬਕਾ ਸਰਪੰਚ, ਪਿੰਡ ਦਾਉ। 2014 ਦੇ ਵਿੱਚ ਪਾਰਲੀਮੈਂਟ ਸਾਡੀ ਜਿਹੜੀ ਆਈ ਸੀ ਜੀ, ਚਿੰਦੂਮਾਜਰਾ ਸਾਹਿਬ MP ਬਣ ਕੇ ਗਏ ਸੀ। 2014 ਨਵੰਬਰ ਦੇ ਵਿੱਚ ਸੰਸਦ ਆਦਰਸ਼ ਗ੍ਰਾਮ ਯੋਜਨਾ ਆਰੰਭ ਹੋਈ, ਜਿਹਦੀ ਕਿ ਲਾਗੂ 2015 ਹੋ ਗਈ ਪਿੰਡ ਦੇ ਵਿੱਚ ਡਿਵੈਲਪਮੈਂਟ। 2015 2016 ਦੋ ਸਾਲ ਪੂਰੀ ਰਫਤਾਰ ਨਾਲ ਕੰਮ ਚੱਲਿਆ, ਜਿਹਦੇ ਵਿੱਚ 3 ਕਿਲੋਮੀਟਰ ਦੇ ਕਰੀਬ ਨਾਲੀਆਂ ਬਣੀਆਂ ਪਿੰਡ 'ਚ। ਪਿਛਲੇ 30 ਸਾਲਾਂ ਤੋਂ ਪਿੰਡ 'ਚ ਕੋਈ ਨਾਲੀ ਨਹੀਂ ਸੀ ਬਣੀ ਜੀ। ਚੰਦੂ ਮਾਜਰੀਆਂ ਨੇ ਕਰਿਆ ਜੀ ਸਾਰਾ ਕੁਛ, ਆਣ ਕੇ ਉਹਨੇ ਗੋਦ ਪਿੰਡ ਲਿਆ ਪਤਾ। ਉਹਨਾਂ ਨੇ ਇਕੱਲੀ ਇਕੱਲੀ ਨਾਲੀ ਬਣਾਈ, ਇਕੱਲਾ ਇਕੱਲਾ ਚੌਂਕ ਬਣਾਇਆ। ਪਿੰਡ ਦੇ ਹਾਲਾਤ ਇਹੋ ਜਿਹੇ ਸੀ ਬਈ, ਅੱਜ ਤੱਕ ਕਿਸੇ ਸਰਕਾਰ ਨੇ ਸ਼ਮਸ਼ਾਨ ਘਾਟ ਨਹੀਂ ਸੀ ਬਣਾਈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਨਹੀਂ ਹੋਊਗੀ, ਉਹਦੀ ਡਿਵੈਲਪਮੈਂਟ ਕਿੰਨੀ ਕੁ ਹੋਏਗੀ। ਮੇਰਾ ਪਿੰਡ ਦਾਉ ਹੈ ਜੀ, ਮੇਰਾ ਨਾਮ ਮਨਪ੍ਰੀਤ ਸਿੰਘ ਹੈ। ਵਿਕਾਸ ਹੋਏ ਹੈ ਜੀ, 60-70% ਵਿਕਾਸ ਹੋਏ ਹੈ। ਬਾਕੀ ਜਿੱਦਣ ਦੀ ਕਾਂਗਰਸ ਆਈ ਹੈ, ਜਿਹੜੇ ਵਿਕਾਸ ਸਾਡੇ ਕੰਮ ਚੱਲ ਰਹੇ ਤੇ ਉਹ ਸਾਰੇ ਬੰਦ ਹੋ ਗਏ। ਮੇਰਾ ਨਾਮ ਜਵਿੰਦਰ ਕੌਰ ਹੈ ਜੀ, ਉੱਧਰ ਅਸੀਂ ਮਨਾਣਾ ਪਿੰਡ ਤੋਂ ਹੈ ਜੀ, ਅਤੇ ਇੱਥੇ ਟ੍ਰੇਨਿੰਗ ਦੇ ਰਿਹਾ ਸੀ। ਰਿਟੇਲ ਦੇ ਨਾਲ ਨਾਲ ਇੱਥੇ IT ਐਂਡ ਸੋਫਟ ਸਕਿੱਲ ਦੀ ਕਲਾਸਿਸ ਵੀ ਲੱਗਦੀ ਹੈ ਜੀ, ਜਿਸ 'ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੇਰਾ ਨਾਮ ਜਸਕਰਨ ਸਿੰਘ ਹੈ, ਮੈਂ ਪਿੰਡ ਦਾਉ ਸਾਹਿਬ ਦਾ ਰਹਿਣ ਵਾਲਾ। ਜਦੋਂ ਅਸੀਂ ਸਕਿੱਲ ਸੈਂਟਰ 'ਚ ਲੱਗੇ ਹਾਂ, ਉਦੋਂ ਤੋਂ ਅਸੀਂ ਉਰੇ ਆ ਕੇ ਰਿਟੇਲ ਬਾਰੇ ਸਿੱਖਿਆ ਕਿ ਕਿੱਦਾਂ ਕਿ ਕਿਸੇ ਪ੍ਰੋਡਕਟ ਨੂੰ ਸੇਲ ਕਰਨਾ ਹੈ, ਜਾਂ ਕਿੱਦਾਂ ਕਿਸੇ ਜਦੋਂ ਆਪਾਂ ਮੋਲ 'ਚ ਜਾਂਦੇ ਹਾਂ, ਕਸਟਮਰ ਆਉਂਦਾ ਹੈ, ਉਹਨੂੰ ਕਿੱਦਾਂ ਹੈਂਡਲ ਕਰਨਾ ਹੈ। ਅਤੇ ਜੋ ਆਪਣਾ ਇਹ ਉਰੇ ਸੋਫਟ ਸਕਿੱਲ ਦਾ ਉਹ ਹੈ, ਇਹ ਸੈਂਟਰ, ਇਹ ਚੰਦੂ ਮਾਜਰੀ MP ਉਹਨਾਂ ਨੇ ਸਪੋਰਟ ਕੀਤਾ ਇਹਨਾਂ ਨੂੰ। ਇਹਨਾਂ ਚੰਦੂ ਮਾਜਰੀ ਨੇ ਗੋਦ ਲਿਆ ਤਾਂ ਅਤੇ ਕੰਮ ਬਹੁਤ ਵਧੀਆ ਚੱਲਿਆ 2-2.5 ਸਾਲ 'ਚ। ਸਾਡਾ MP ਸਾਡਾ ਮਾਨ ਹੈ ਜੀ। MP ਸਾਡਾ ਮਾਨ, ਸਾਡਾ ਮਾਨ, ਸਾਡਾ MP ਸਾਡਾ ਮਾਨ।